ਕੋਵਿਡ ਦੇ ਨਾਲ-ਨਾਲ ਹੁਣ ਨਵੇਂ ਵਾਇਰਸ ਦੀ ਦਸਤਕ ਨੇ ਚਿੰਤਾ ਹੋਰ ਵਧਾ ਦਿੱਤੀ ਹੈ ਜਿਸ ਤੇ ਬਾਇਓਐਨਟੈਕ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦੀ ਵੈਕਸੀਨ ਵਾਇਰਸ ਦੇ ਨਵੇਂ ਸਟ੍ਰੇਨ ਤੇ ਵੀ ਕਾਰਗਰ ਸਾਬਿਤ ਹੋਵੇਗੀ ਹਾਲਾਂਕਿ ਪੁਖਤਾ ਤੌਰ ਤੇ ਉੱਤੇ ਇਸ ਦੀ ਜਾਣਕਾਰੀ ਸਟੱਡੀ ਤੋਂ ਬਾਅਦ ਹੀ ਮਿਲ ਪਾਏਗੀ ਫਿਲਹਾਲ ਹੁਣ ਇੰਤਜ਼ਾਰ ਹੈ ਕਿ ਕਦੋਂ ਇਸ ਵੈਕਸੀਨ ਦਾ ਅਸਰ ਪੁਖਤਾ ਤੌਰ ਦੇ ਉੱਤੇ ਨਵੇਂ ਵਾਇਰਸ ਤੇ ਦੇਖਣ ਨੂੰ ਮਿਲੇਗਾ ਉਦੋਂ ਤੱਕ ਬ੍ਰਿਟੇਨ ਆਉਣ ਜਾਣ ਵਾਲਿਆਂ ਤੇ ਪਾਬੰਦੀ ਰਹੇਗੀ कोरोना वायरस ਦਾ ਨਵਾਂ ਸਟ੍ਰੇਨ ਸਾਹਮਣੇ ਆਉਣ ਤੋਂ ਬਾਅਦ ਸਾਰਿਆਂ ਦੀ ਚਿੰਤਾ ਵਧ ਗਈ ਹੈ ਵੱਡਾ ਸਵਾਲ ਇਹ ਹੈ ਕਿ ਹਾਲ ਹੀ ਦੇ ਵਿੱਚ ਡਿਵੈਲਪ ਕੀਤੀ ਗਈ ਵੈਕਸੀਨ ਕਾਰਗਰ ਹੋਵੇਗੀ ਜਾਂ ਨਹੀਂ ਹਾਲਾਂਕਿ ਜਰਮਨੀ ਦੀ ਫਾਰਮਾ ਕੰਪਨੀ ਬਾਇਓਐਨਟਿਕ ਨੇ ਪ੍ਰੋਸਾ ਜਤਾਇਆ ਹੈ ਕਿ ਉਸ ਦੀ ਵੈਕਸੀਨ ਬ੍ਰਿਟੇਨ ਦੇ ਵਿੱਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਤੇ ਵੀ ਅਸਰਦਾਰ ਰਹੇਗੀ ਹਾਲਾਂਕਿ ਪੁਖਤਾ ਤੌਰ ਦੇ ਉੱਤੇ ਕੁਝ ਵੀ ਕਹਿਣ ਤੋਂ ਪਹਿਲਾਂ ਇਸ ਤੇ ਹੋਰ ਸਟੱਡੀ ਕਰਨ ਦੀ ਲੋੜ ਹੈ ਬਾਇਓਐਨਟਿਕ ਕੰਪਨੀ ਦੇ ਸੀਈਓ ਉਗਰ ਸਾਹਿਨ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਵਾਇਰਸ ਦਾ ਨਵਾਂ ਵੇਰੀਐਂਟ ਖਾਸ ਤੌਰ ਤੇ ਲੰਡਨ ਤੇ ਸਾਊਥ ਇਸਟ ਇੰਗਲੈਂਡ ਦੇ ਵਿੱਚ ਮਿਲਿਆ ਹੈ ਇਸ ਨੇ ਪੂਰੀ ਦੁਨੀਆ ਨੂੰ ਫਿਕਰ ਵਿੱਚ ਪਾ ਦਿੱਤਾ ਕਿਉਂਕਿ ਇਹ ਆਸਾਨੀ ਨਾਲ ਫੈਲਦਾ ਹੈ ਹੁਣ ਤੱਕ ਅਜੇ ਹਾਂ ਸਾਹਮਣੇ ਨਹੀਂ ਆਇਆ ਕਿ ਇਸ ਵੈਰੀਐਂਟ ਦੀ ਵਜ੍ਹਾ ਦੇ ਨਾਲ ਮਰੀਜ਼ ਦੀ ਸਥਿਤੀ ਗੰਭੀਰ ਹੋਈ ਹੋਵੇ ਇਸ ਦੇ ਬਾਵਜੂਦ ਯੂਰਪ ਦੇ ਜ਼ਿਆਦਾਤਰ ਦੇਸ਼ਾਂ ਦੇ ਨਵੇਂ ਵਾਇਰਸ ਦੀ ਗੱਲ ਸਾਹਮਣੇ ਆਉਣ ਦੇ ਬਾਅਦ ਬ੍ਰਿਟੇਨ ਦੀਆਂ ਉਡਾਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਾਹਿਬ ਨੇ ਕਿਹਾ ਹੈ ਕਿ ਬ੍ਰਿਟੇਨ ਦੇ ਵਿੱਚ ਮਿਲਿਆ ਸਟ੍ਰੇਨ ਪਹਿਲਾਂ ਵਾਲੇ ਵਾਇਰਸ ਤੋਂ 99% ਦੀ ਮੇਲ ਖਾਂਦਾ ਹੈ ਇਸ ਲਈ ਸਾਨੂੰ ਭਰੋਸਾ ਹੈ ਕਿ ਸਾਡੀ ਵੈਕਸੀਨ ਇਸ 'ਤੇ ਅਸਰਦਾਰ ਰਹੇਗੀ ਹਾਲਾਂਕਿ ਇਹ ਅਸੀਂ ਉਦੋਂ ਹੀ ਜਾਣ ਪਾਵਾਂ ਐਕਸਪੈਰੀਮੈਂਟ ਪੂਰਾ ਹੋ ਜਾਏਗਾ ਇਸ ਦੇ ਲਈ ਨਵਾਂ ਡਾਟਾ ਮਿਲਣ ਦੇ ਵਿੱਚ 2 ਹਫ਼ਤੇ ਲੱਗਣਗੇ ਨਵੇਂ ਵੈਰੀਐਂਟ ਦੇ ਲਈ ਵੈਕਸੀਨ ਨੂੰ ਐਡਜਸਟ ਕਰਨ ਦੀ ਲੋੜ ਹੈ ਅਜੇ ਹਾਲ ਲਗਭਗ 2 ਹਫ਼ਤੇ ਵਿੱਚ ਹੋ ਸਕਦਾ ਹੈ ਕਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਮਿਲਣ ਤੋਂ ਬਾਅਦ 5 ਦੇਸ਼ਾਂ ਨੇ ਸਾਊਥ ਅਫਰੀਕਾ ਦੇ ਲਈ ਉਡਾਨਾਂ 'ਤੇ ਰੋਕ ਲਗਾ ਦਿੱਤੀ ਹੈ ਜਰਮਨੀ ਨੇ ਸਭ ਤੋਂ ਪਹਿਲਾਂ ਫਲਾਈਟ ਸਸਪੈਂਡ ਕਰਨ ਦਾ ਐਲਾਨ ਕੀਤਾ ਜਰਮਨੀ ਸਰਕਾਰ ਦੀ ਸਪੋਕਸਪਰਸਨ ਨੇ ਕਿਹਾ ਹੈ ਕਿ ਕਰੋਨਾ ਵਾਇਰਸ ਦੇ ਮਿਊਟੇਸ਼ਨ ਦੀ ਖਬਰ ਆਉਣ ਤੋਂ ਬਾਅਦ ਸਰਕਾਰ ਨੇ ਬ੍ਰਿਟੇਨ ਤੇ ਸਾਊਥ ਅਫਰੀਕਾ ਦੇ ਵਿੱਚ 에ਅਰ ਟ੍ਰੈਵਲ 'ਤੇ ਪਾਬੰਦੀ ਲਗਾ ਦਿੱਤੀ ਹੈ ਇਜ਼ਰਾਈਲ ਨੇ ਕਿਹਾ ਹੈ ਕਿ ਉਸਦੇ ਜੋ ਵੀ ਨਾਗਰਿਕ ਸਾਊਥ ਅਫਰੀਕਾ ਤੋਂ ਵਾਪਸ ਪਰਤ ਰਹੇ ਨੇ ਉਹਨਾਂ ਨੂੰ 30 ਦਿਨ ਕਵਾਰੰਟਾਈਨ ਰਹਿਣਾ ਜ਼ਰੂਰੀ ਹੋਵੇਗਾ ਬ੍ਰਿਟੇਨ ਦੇ ਵਿੱਚ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਕਈ ਦੇਸ਼ ਉੱਥੋਂ ਦੀ ਫਲਾਈਟ ਸਰਵਿਸ ਤੇ ਰੋਕ ਲਗਾ ਰਹੇ ਨੇ ਨੇਪਾਲ ਨੇ ਬ੍ਰਿਟੇਨ ਆਉਣ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਤੇ ਰੋਕ ਲਗਾ ਦਿੱਤੀ ਹੈ ਨੇਪਾਲ ਦੀ ਸਿਵਲ ਐਵੀਏਸ਼ਨ ਅਥਾਰਟੀ ਦੇ ਮੁਤਾਬਕ ਇਹ ਰੋਕ ਕੱਲ ਅੱਧੀ ਰਾਤ ਤੋਂ ਲਾਗੂ ਹੋਵੇਗੀ ਉੱਥੇ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਵਾਇਰਸ ਦਾ ਨਵਾਂ ਸਟ੍ਰੇਨ ਬੇਕਾਬੂ ਨਹੀਂ ਹੈ डब्ल्यूएचओ ਦਾ ਇਹ ਬਿਆਨ ਇਸ ਲਈ ਮਾਇਨੇ ਰੱਖਦਾ ਕਿਉਂਕਿ ਸ਼ਨੀਵਾਰ ਨੂੰ ਬ੍ਰਿਟੇਨ ਦੇ ਹੈਲਥ ਸੈਕਟਰੀ ਨੇ ਕਿਹਾ ਹੈ ਕਿ ਦੇਸ਼ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਨੇ WHO ਦੇ emergeny chief ਮਾਈਕਲ ਰਾਇਨ ਨੇ ਕਿਹਾ ਹੈ ਕਿ ਮਹਾਮਾਰੀ ਦੇ ਦੌਰ ਦੇ ਵਿੱਚ ਇਸ ਤੋਂ ਜ਼ਿਆਦਾ ਮਾਮਲਿਆਂ ਦੀ ਹੋਰ ਖਤਰਨਾਕ ਸਥਿਤੀ ਦੇਖੀ ਜਾ ਸਕਦੀ ਹੈ ਅਸੀਂ ਉਸਤੇ ਵੀ ਕਾਬੂ ਕੀਤਾ ਇਸ ਲਈ ਬ੍ਰਿਟੇਨ ਦੇ ਹਾਲਾਤ ਨੂੰ ਬੇਕਾਬੂ ਨਾ ਮੰਨੋ ਇਹ ਜ਼ਰੂਰੀ ਹੈ ਕਿ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਹੋਵੇਗਾ 크리스마ਸ ਦੀਆਂ ਛੁੱਟੀਆਂ ਬ੍ਰਿਟੇਨ ਦੇ ਵਿੱਚ ਹੋ ਚੁੱਕੀਆਂ ਨੇ ਪਰ ਕਈ ਦੇਸ਼ਾਂ ਦੇ ਵਿਦਿਆਰਥੀ ਬ੍ਰਿਟੇਨ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਉਡਾਣਾਂ ਬੰਦ ਹੈ ਭਾਰਤ ਸਵਿਡਨ ਅਮਰੀਕਾ ਕੈਨੇਡਾ ਕਈ ਵਿਦਿਆਰਥੀ ਹੁਣ ਆਪਣੇ ਮੁਲਕ ਅਜੇ ਪਰਤ ਨਹੀਂ ਸਕਦੇ ਇਸ ਜਸਤੋ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ